ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਕੋਈ ਬੇਨਤੀ ਕਰਨ ਆਏ ਸੀ ਵੀ ਜਿਹੜਾ ਪੀ ਟੀ ਸੀ ਦਾ ਇਕੱਲੇ ਦਾ ਅਧਿਕਾਰ ਆ ਬਾਣੀ ਪ੍ਰਸਾਰਨ ਕਰਨ ਦਾ, ਇਹ ਗਲਤ ਹੈ। ਬਾਣੀ ਘਰ ਘਰ ਪਹੁੰਚਣੀ ਚਾਹੀਦੀ ਹੈ ਅਤੇ ਜਿਹੜਾ ਵੀ ਕੋਈ ਹੱਕ ਮੰਗਦਾ, ਜਿਹੜਾ ਵੀ ਮੰਗਦਾ, ਕੋਈ ਚੈਨਲ ਵਾਲਾ ਕਹਿੰਦਾ ਵੀ ਸਾਨੂੰ ਪ੍ਰਸਾਰਨ ਕਰਨ ਦਿੱਤਾ ਜਾਵੇ, ਉਹਨੂੰ ਅਧਿਕਾਰ ਦੇਣਾ ਚਾਹੀਦਾ, ਉਹਨੂੰ ਕਰਨ ਦੇਣਾ ਚਾਹੀਦਾ। ਇਕੱਲਾ ਪੀ ਟੀ ਸੀ ਇਸ ਤੋਂ ਬਿਜ਼ਨਸ ਕਰੇ, ਬਾਣੀ ਬਿਜ਼ਨਸ 'ਚ ਨਹੀਂ ਵਰਤੀ ਜਾਣੀ ਚਾਹੀਦੀ। ਬਾਣੀ ਤਾਂ ਗੁਰੂ ਦਾ ਪ੍ਰਚਾਰ 'ਚ ਵਰਤੀ ਜਾਣੀ ਚਾਹੀਦੀ ਹੈ। ਸੋ ਇਹ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਬੇਨਤੀ ਕਰਨਾ ਆਏ ਸੀ। ਮੈਂ ਐਸ ਡੀ ਪੀ, ਮੈਂ ਅਸੈਂਬਲੀ 'ਚ ਇੱਕ ਰੈਜੂਲੇਸ਼ਨ ਵੀ ਪਾਸ ਕਰਾਇਆ ਸੀ, ਯੂਨਾਨੀਮਸਲ ਪਾਸ ਹੋਇਆ ਸੀ। ਸਿੰਘ ਸਾਹਿਬ ਕਹਿ ਰਹੇ ਨੇ ਵੀ ਮੈਂ ਇਸ ਕੰਮ 'ਤੇ, ਇਸ ਗੱਲ 'ਤੇ ਵਿਚਾਰ ਕਰ ਰਿਹਾ, ਕੋਈ ਇਨਫੋਰਮੇਸ਼ਨ ਮੰਗ ਰਿਹਾ ਅਤੇ ਕੋਈ ਫੈਸਲਾ ਦੇਣਗੇ ਕਿਸੇ ਵੇਲੇ। ਅਸੀਂ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਮੰਗੀ ਹੈ ਅਤੇ ਜਿਹੜੀ ਇਹਨਾਂ ਦੀ ਦਰਖਾਸਤ ਆ ਉਹ ਵੀ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤੀ। ਮੀਟਿੰਗ ਹੋ ਰਹੀ ਹੈ, ਉਹ ਤਾਂ ਸਾਡੀ ਧਾਰਮਿਕ ਮੀਟਿੰਗ ਹੈ ਪ੍ਰਚਾਰਕਾਂ ਦੀ, ਕਿ ਪ੍ਰਚਾਰ ਪ੍ਰਸਾਰ ਜਿਹੜਾ ਸਿੱਖ ਧਰਮ ਦਾ ਹੋਰ ਤੇਜ਼ੀ ਨਾਲ ਜਿਹੜਾ ਹੈਗਾ ਅੱਗੇ ਵਧਾਇਆ ਜਾਵੇ, ਤਾਂ ਜੋ ਜਿਹੜਾ ਕੋਈ ਬੁਰਾਈਆਂ, ਸਮਾਜਿਕ ਬੁਰਾਈਆਂ ਸਾਡੇ 'ਚ ਆ ਗਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ, ਇਸ ਵਿਸ਼ੇ 'ਤੇ ਅਸੀਂ ਮੀਟਿੰਗ ਕਰ ਰਹੇ ਹਾਂ। ਠੀਕ ਹੈ।